ਕਰ ਦਿਓ ਆਹ ਕਾਲੇ ਕਹਿੰਦੇ ਵਿੱਚ ਆ ਸੁੱਖ ਪਹਿਲਵਾਨ ਬੱਬੇ ਹਾਲੀ ਤੇ ਲਾਲ ਕਹਿੰਦੇ ਵਿੱਚ ਆ ਸੂਰਜ ਪਹਿਲਵਾਨ ਗੋਲ ਬਾਗ ਆ ਓਹੋ ਹੋ ਹੁਣ ਬੈਠ ਜਾ ਜੀ ਬੈਠ ਜਾ ਬਾਈ ਜੀ ਸਾਰੇ ਬੈਠ ਜਾਓ ਅੰਕਲ ਹੁਣ ਤੁਸੀਂ ਵੀ ਬੈਠ ਜਾ ਜ਼ੋਰ ਲੱਗ ਗਿਆ ਜਾਪਦਾ ਤੇਰਾ ਵੀ ਐ ਨੀਂਦ ਚੰਗੀ ਆਊਗੀ ਲੈ ਕੁਸ਼ਤੀ ਪ੍ਰੇਮੀਓ ਘਰ ਵਾਲੀ ਦਾ ਪਿਆਰ ਸੁਣਾਉਣ ਲੱਗਾ ਜਦੋਂ ਮੈਂ ਇੱਥੋਂ ਆਇਆ ਸੀ ਮੈਨੂੰ ਡਿਮਾਂਡ ਹੋਈ ਜੀ ਵੀ ਘਰ ਵਾਲੀ ਦਾ ਪਿਆਰ ਜ਼ਰੂਰ ਸੁਣਾ ਕੇ ਜਾਇਓ ਲੈ ਕੁਸ਼ਤੀ ਪ੍ਰੇਮੀਓ ਕਿਤੇ ਮੈਂ ਆਪਣੀ ਘਰ ਵਾਲੀ ਦਾ ਪਿਆਰ ਪਰਖਿਆ ਮੈਂ ਕਿਹਾ ਭਾਗਵਾਨੇ ਤੂੰ ਮੈਨੂੰ ਕਿੰਨਾ ਕੁ ਪਿਆਰ ਕਰਦੀ ਆ ਤੇ ਮੇਰੀ ਘਰ ਵਾਲੀ ਕਹਿੰਦੀ ਪਤੀ ਦੇਵ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆ ਤੁਹਾਡੇ ਬੋਲਾਂ ਤੇ ਫੁੱਲ ਚੜਾ ਦਿਆਂਗੀ ਜੇ ਤੁਸੀਂ ਮੰਜਾ ਡਾ ਕੇ ਬੈਠੋਗੇ ਮੈਂ ਥੱਲੇ ਪੀੜੀ ਡਾਲਵਾਂਗੀ ਮੈਂ ਕਿਹਾ ਵਾਹ ਜੀ ਵਾਹ ਦੰਗਲਾਂ ਦੇ ਵਿੱਚ ਮੇਰੀ ਇੱਜ਼ਤ ਹੁੰਦੀ ਅੱਜ ਘਰ ਵੀ ਮੇਰੀ ਇੱਜ਼ਤ ਹੋਣ ਲੱਗ ਪਈ ਮੈਨੂੰ ਕਹਿੰਦੀ ਪਤੀ ਦੇਵ ਜੀ ਮੈਂ ਤੁਹਾਡੇ ਬੋਲਾਂ ਤੇ ਫੁੱਲ ਚੜਾ ਦਿਆਂਗੀ ਤੁਸੀਂ ਮੰਜਾ ਡਾ ਕੇ ਬੈਠੋਗੇ ਮੈਂ ਥੱਲੇ ਪੀੜੀ ਡਾਲਵਾਂਗੀ ਜੇ ਤੁਸੀਂ ਪੀੜੀ ਦੇ ਉੱਪਰ ਬੈਠੇ ਤੇ ਮੈਂ ਥੱਲੇ ਬੋਰੀ ਵਿਛਾ ਲਵਾਂਗੀ ਤੇ ਮੈਨੂੰ ਕਹਿੰਦੀ ਪਤੀ ਦੇਵ ਜੀ ਜੇ ਤੁਸੀਂ ਬੋਰੀ ਦੇ ਉੱਪਰ ਬੈਠੇ ਤੇ ਮੈਂ ਥੱਲੇ ਟੋਆ ਬਟਾ ਲਵਾਂਗੀ ਤੇ ਮੈਨੂੰ ਕਹਿੰਦੀ ਪਤੀ ਦੇਵ ਜੀ ਜੇ ਤੁਸੀਂ ਟੋਏ ਦੇ ਵਿੱਚ ਬੈਠੇ ਤੇ ਮੈਂ ਉੱਪਰ ਮਿੱਟੀ ਪਾ ਕੇ ਸਾਰਾ ਕੰਮ ਹੀ ਮੁਕਾ ਦਿਆਂਗੀ ਮਾਰ ਦਿਓ ਤਾੜੀ ਹੁਣ ਗੱਲ ਤੇ ਚੰਗੀ ਲੱਗੀ ਦੇ ਮਿਹਰਬਾਨੀ ਸ਼ੁਕਰੀਆ ਜੀ ਚਲੋ ਜੀ ਲਓ ਜੀ ਸਾਡੇ ਜਸਮਨ ਗਿੱਲ ਜੀ ਔਰ ਗਗਨ ਗਿੱਲ ਜੀ ਸਾਈਪ੍ਰਸਤ ਵਾਲੇ ਵੱਲੋਂ ਉਹਨਾਂ ਵੱਲੋਂ ਤੇ ਸੁੱਖ ਬੱਬੇ ਹਾਲੀ ਅਗਰ ਪਹਿਲਵਾਨ ਜੇਤੂ ਹੁੰਦਾ ਤੇ 500 ਰੁਪਈਆ ਦਿੱਤਾ ਜਾਵੇਗਾ ਇੱਕ ਵਾਰ ਖੁੱਲ ਕੇ ਤਾੜੀ ਮਾਰ ਦਿਓ ਗੁਲਾਬੀ ਗੁਲਾਬੀ ਨੋਟ ਲੱਗ ਗਏ ਜੇ ਹੈ ਕੋਈ ਹੋਰ ਲਾਉਣ ਵਾਲਾ ਸਾਈਪ੍ਰਸਤ ਵਾਲਿਆਂ ਨੇ ਲਾ ਦਿੱਤੇ ਨੋਟ ਗੁਲਾਬੀ ਗੁਲਾਬੀ ਲਾ ਜੀ ਮਿੱਠੂ ਫੌਜੀ ਨਾ ਸੋਰੀ ਮਿੱਠੂ ਪਹਿਲਵਾਨ ਤੇ ਗੋਪੀ ਫੌਜੀ ਜ਼ੋਰ ਲੱਗ ਗਿਆ ਮੈਂ ਕੀ ਕਰਾਂ ਇਹਨਾਂ ਸਵੇਰ ਦੀ ਮੈਨੂੰ ਚਾਹ ਵੀ ਨਹੀਂ ਪੁੱਛੀ ਹਾਂਜੀ ਮਿੱਠੂ ਪਹਿਲਵਾਨ ਜੀ ਤੇ ਗੋਪੀ ਫੌਜੀ ਵੱਲੋਂ 1000 ਰੁਪਈਆ ਅਗਰ ਇਸ ਕੁਸ਼ਤੀ ਦੇ ਵਿੱਚ ਜਿਹੜਾ ਜੇਤੂ ਹੋਵੇਗਾ 1000 ਦਿੱਤਾ ਜਾਵੇ 1000 ਰੁਪਈਆ ਜੀ ਮਿਹਰਬਾਨੀ ਲਓ 500 ਰੁਪਈਆ ਹੋਰ ਲੱਗ ਗਿਆ ਸਾਡੇ ਬਾਜ ਪਹਿਲਵਾਨ ਵੱਲੋਂ ਅਗਰ ਸੁੱਖ ਪਹਿਲਵਾਨ ਜੇਤੂ ਹੁੰਦਾ ਤੇ 500 ਰੁਪਈਆ ਹੁਣ ਮੈਨੂੰ 500 ਦੇ ਨੋਟ ਜਮ੍ਹਾਂ ਕਰਾ ਦਿਓ ਜੀ ਕਿਉਂਕਿ ਪੰਜਾਬ ਆ ਪੰਜਾਬ ਹੁਣ ਕਿਸੇ ਵਿਸ਼ਵਾਸ ਦਾ ਪਾਤਰ ਨਹੀਂ ਰਹਿ ਗਿਆ ਕਿਉਂਕਿ ਜਦੋਂ ਦੇ ਨਸ਼ੇ ਚੱਲੇ ਆ ਇਹਨਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਆਓ ਕੁਸ਼ਤੀ ਪ੍ਰੇਮੀ ਆਪਾਂ ਮਿਲ ਕੇ ਹਮਲਾ ਮਾਰੀਏ ਇਸ ਨਸ਼ਿਆਂ ਦੇ ਘੋਲ ਨੂੰ ਦੂਰ ਕਰ ਦਈਏ ਔਰ ਇਹੋ ਜਿਹੀ ਜਵਾਨੀਆਂ ਨੂੰ ਪੈਦਾ ਕਰੀਏ ਜਿਸ ਨਾਲ ਕਹਿੰਦੇ ਨਗਰ ਦਾ ਪੜਾ ਹੁੰਦਾ ਜਿਸ ਨਾਲ ਵਡਿਆਈ ਮਿਲਦੀ ਆ ਲੈ ਕੁਸ਼ਤੀ ਪ੍ਰੇਮੀਓ ਆਹ ਆਪਾਂ ਥੋੜਾ ਪਹਿਲਵਾਨੀ ਇਤਿਹਾਸ ਨਾਲ ਵੀ ਜੁੜੀਏ ਕਿ ਇਹ ਪਹਿਲਵਾਨਾਂ ਦੇ ਘੋਲ ਕਿਉਂ ਕਰਾਏ ਜਾਂਦੇ ਨੇ ਤੇ ਢੋਲ ਕਿਉਂ ਵਜਾਏ ਜਾਂਦੇ ਨੇ ਰੋਮੀ ਜੀ ਤੁਸੀਂ ਵੀ ਗੌਰ ਕਰਿਓ ਕਹਿੰਦੇ ਪਹਿਲਵਾਨੀ ਵਿੱਚ ਰੱਬ ਦੀ ਭਗਤੀ ਹੁੰਦੀ ਆ ਕ੍ਰਿਸ਼ਨ ਭਗਵਾਨ ਜੀ ਨੂੰ ਉਹਨਾਂ ਦੇ ਸੇਵਕ ਨੇ ਪੁੱਛਿਆ ਹੇ ਮਹਾਰਾਜ ਕਲਯੁੱਗ ਦੇ ਵਿੱਚ ਸਾਨੂੰ ਤੁਹਾਡੇ ਦਰਸ਼ਨ ਕਿੱਥੇ ਹੋਣਗੇ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਆਖਿਆ ਕਲਯੁੱਗ ਦੇ ਵਿੱਚ ਸਾਡੇ ਦਰਸ਼ਨ ਤੁਸੀਂ 4 ਰੂਪਾਂ ਵਿੱਚ ਕਰ ਸਕਦੇ ਹੋ ਇੱਕ ਲਾੜਾ ਬਰਾਤ ਚੜਿਆ ਹੋਵੇ ਉਦੋਂ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ ਦੂਸਰਾ ਗਊਆਂ ਦਾ ਝੁੰਡ ਜਾਂਦਾ ਹੋਵੇ ਉਦੋਂ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ ਤੀਸਰਾ ਕਹਿੰਦੇ ਪੂਰਨ ਭਗਤਣਾ ਲੱਗਾ ਹੋਵੇ ਗਾਉਣ ਉਦੋਂ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ ਤੇ ਚੌਥਾ ਕਹਿੰਦੇ ਗਊਆਂ ਦਾ ਪਹਿਲਵਾਨਾਂ ਦੇ ਹੁੰਦੇ ਹੋਣ ਘੋੜ ਤੇ ਵੱਜਦਾ ਹੋਵੇ ਢੋਲ ਉੱਥੇ ਤੁਸੀਂ ਸਾਡੇ ਦਰਸ਼ਨ ਕਰ ਸਕਦੇ ਹੋ ਇਹ 4 ਰੂਪਾਂ ਦੇ ਵਿੱਚ ਅਸੀਂ ਉਸ ਪਰਮਾਤਮਾ ਦੇ ਦਰਸ਼ਨ ਕਰ ਸਕਦੇ ਹਾਂ ਇਹ ਕੁਸ਼ਤੀ ਪ੍ਰੇਮੀਓ ਕਹਿੰਦੇ ਜਿਸ ਨਗਰ ਵਿੱਚ ਪਹਿਲਵਾਨਾਂ ਦੇ ਘੋਲ ਹੋ ਜਾਣ ਜਿੱਥੇ ਢੋਲ ਵੱਜ ਜਾਵੇ ਢੋਲ ਦੀ ਆਵਾਜ਼ ਦੂਰ ਦੂਰ ਤੱਕ ਸੁਣਾਈ ਦੇਵੇ ਉੱਥੋਂ ਤੱਕ ਕੋਈ ਬੁਰੀ ਬਲਾ ਨਹੀਂ ਆਉਂਦੀ ਨਗਰ ਦੀ ਸੁੱਖ ਸ਼ਾਂਤੀ ਵਾਸਤੇ ਨਗਰ ਦੇ ਭਲੇ ਵਾਸਤੇ ਮਾਲ ਡੰਗਰ ਦੀ ਸੁੱਖ ਸ਼ਾਂਤੀ ਵਾਸਤੇ ਬੱਚਿਆਂ ਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਇਹ ਪਹਿਲਵਾਨਾਂ ਦੇ ਘੋਲ ਕਰਾਏ ਜਾਂਦੇ ਨੇ ਤੇ ਢੋਲ ਵਜਾਏ ਜਾਂਦੇ ਨੇ ਮਿਹਰਬਾਨੀ ਜੀ
ਵਾਹ ਜੀ ਵਾਹ, ਲੈ ਸਮਾਂ ਗੁਜ਼ਰ ਜਾਂਦਾ, ਕਰੋ ਜੀ ਕੁਸ਼ਤੀ ਸ਼ੁਰੂ ਕਰੋ। ਹਾਂਜੀ ਪਹਿਲਵਾਨ ਜੀ ਕੁਸ਼ਤੀ ਸ਼ੁਰੂ ਕਰੋ। ਸੂਰਜ ਜੀ ਛੱਡ ਦੇ ਇੱਕ ਮਿੰਟ, ਵਾਹ ਜੀ ਵਾਹ। ਲਓ ਇਹਨਾਂ ਦੋਨਾਂ ਪਹਿਲਵਾਨਾਂ ਵਿੱਚ ਬਹੁਤ ਵੱਡਾ ਸੰਘਰਸ਼ ਚੱਲ ਰਿਹਾ। ਇੱਕ ਪਾਸੇ ਆ ਸੂਰਜ ਪਹਿਲਵਾਨ ਗੋਲਬਾਗ, ਦੂਜੇ ਪਾਸੇ ਸੁੱਖ ਬੱਬੇ ਹਾਲੀ। ਹੁਣ ਦੇਖਦੇ ਆ ਕਿਸ ਨੂੰ ਜਿੱਤ ਨਸੀਬ ਹੁੰਦੀ ਆ। ਲਓ ਹੈਪੀ ਪਹਿਲਵਾਨ ਬਿਜਲੀ ਬੋਰਡ ਵਾਲਿਆਂ ਵੱਲੋਂ 500 ਰੁਪਈਆ ਲੱਗ ਗਿਆ ਵੀ ਇਸ ਕੁਸ਼ਤੀ ਦੇ ਵਿੱਚ ਜਿਹੜਾ ਪਹਿਲਵਾਨ ਜੇਤੂ ਹੋਗਾ 500 ਰੁਪਈਆ ਹੈਪੀ ਬਿਜਲੀ ਬੋਰਡ ਵਾਲਿਆਂ ਵੱਲੋਂ ਦਿੱਤਾ ਜਾ ਰਿਹਾ ਜੀ। ਵਾਹ ਜੀ ਵਾਹ, ਬਹੁਤ ਵਧੀਆ। ਇੱਧਰ ਸਾਹਮਣੇ ਕੁਸ਼ਤੀ ਸੂਰਜ ਪਹਿਲਵਾਨ ਤੇ ਸੁੱਖ ਪਹਿਲਵਾਨ ਦੇ ਵਿੱਚ ਦਰਮਿਆਨ ਕੁਸ਼ਤੀ ਚੱਲ ਰਹੀ ਆ। ਦੇਖਦੇ ਹੁਣ ਕਿਸ ਨੂੰ ਜਿੱਤ ਨਸੀਬ ਹੁੰਦੀ ਆ, ਕੌਣ ਜਿੱਤਦਾ, ਕਿਸ ਨੂੰ ਜਿੱਤ ਨਸੀਬ ਹੁੰਦੀ ਆ। ਦੇਖੀ ਜਾਊਗੀ ਵੀ ਅੱਜ ਸਮਾਂ ਕਿਹਦੇ ਹੱਕ ਦੇ ਵਿੱਚ ਖੜਦਾ, ਕਿ ਹੀਰੇ ਦੀ ਪਰਖ ਹੁੰਦੀ ਹੀਰੇ ਦੇ ਜਵਾਰੀ ਨੂੰ, ਲੱਭਦੇ ਨੇ ਵੈਦ ਜਿਵੇਂ ਹੱਡਾਂ ਚੋਂ ਬਿਮਾਰੀ ਨੂੰ, ਇਸੇ ਤਰ੍ਹਾਂ ਲੱਭਿਆ ਸੀ ਰਾਂਝੇ ਨੇ ਵੀ ਹੀਰ ਨੂੰ, ਤੇ ਸੌਦਾ ਵੀ ਉਹ ਜਿਹੜਾ ਮਨਜ਼ੂਰ ਤਕਦੀਰ ਨੂੰ, ਜਿਹੜਾ ਮਨਜ਼ੂਰ ਤਕਦੀਰ ਨੂੰ। ਹਾਂ ਅੰਕਲ ਕਹਿ ਰਿਹਾ ਜੀ ਮੇਰੀ ਆਂਟੀ ਗਵਾਚ ਗਈ, ਲੱਭ ਦਿਓ। ਵਾਹ ਜੀ ਵਾਹ, ਕਿਆ ਬਾਤ ਆ। ਇਧਰਲੇ ਪਾਸੇ ਚੱਲ ਰਿਹਾ ਮੁਕਾਬਲਾ, ਕਿਆ ਸੂਰਜ ਤੇ ਦੂਜੇ ਪਾਸੇ ਸੁੱਖ ਬੱਬੇ ਹਾਲੀ, ਅੱਗੇ ਖੁੱਲ ਕੇ ਤਾੜੀ ਮਾਰ ਦਿਓ। ਪਰ ਸਗੀ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਸੂਰਜ ਨੇ ਵੀ ਆਪਣਾ ਪੂਰਾ ਪੂਰਾ ਬਚਾਅ ਕੀਤਾ। ਲੈ ਸਿਰੇ ਦੇ ਮੱਲ ਨੇ ਸ਼ਮੇਰੂ ਪਰਬਤ ਵਰਗੇ ਗੱਭਰੂ, ਐ ਸਿਰੇ ਦੇ ਮੱਲ ਨੇ ਦੋਨਾਂ ਪਹਿਲਵਾਨਾਂ ਦੇ ਤਿਆਰੀ ਤੇ ਬਹੁਤ ਜ਼ੋਰ ਲਗਾ। ਉਸਤਾਦਾਂ ਨੇ ਬਹੁਤ ਮਿਹਨਤ ਲਾਈ ਆ ਦੋਨਾਂ ਪਹਿਲਵਾਨਾਂ ਦੇ ਸਿਰੇ ਨੇ ਤੇ ਮੱਲ ਨੇ, ਕਿ ਵੇਖਣ ਨੂੰ ਮੱਲ ਸੋਹਣੇ ਲੱਗਦੇ, ਇਹ ਕੰਮ ਹੁੰਦਾ ਨਹੀਂ ਆਸਾਨੀਆਂ ਦਾ। ਇਹ ਪਹਿਲਵਾਨ ਵੇਖਣ ਨੂੰ ਸੋਹਣੇ ਲੱਗਦੇ, ਕੰਮ ਹੁੰਦਾ ਨਹੀਂ ਇਹ ਆਸਾਨੀਆਂ ਦਾ। ਉਸਤਾਦਾਂ ਦੇ ਪੁੱਛੇ ਬਗੈਰ ਨਾ ਕਿਧਰੇ ਜਾਣਾ, ਡਰ ਹੁੰਦਾ ਇਹ ਜਿਨ੍ਹਾਂ ਨੂੰ ਹਾਨੀਆਂ ਦਾ। ਹਰ ਵਕਤ ਉਸਤਾਦਾਂ ਦੇ ਤਾਬਿਆਦਾਰ ਰਹਿਣਾ, ਕੰਮ ਹੁੰਦਾ ਨਹੀਂ ਇਹ ਮਨਮਾਨੀਆਂ ਦਾ। ਤੋਬੀ ਢਾਗ ਕਲਾ ਜੰਗ ਸਕੀ ਉਸਤਾਦ ਦੱਸਣ, ਛੁੱਟਾ ਤੀਰ ਨਾ ਮੜੇ ਮੁਲਤਾਨੀਆਂ ਦਾ। ਦਾ ਸਭ ਤੋਂ ਵੱਡਾ ਇਹ ਮਿਹਰ ਦੀਨਾ, ਉਸ ਖੁਦਾ ਦੀ ਮਿਹਰਬਾਨੀਆਂ ਦਾ, ਉਸ ਖੁਦਾ ਦੀ ਮਿਹਰਬਾਨੀਆਂ ਦਾ। ਹਾਂ ਰੈਫਰੀ ਸਾਹਿਬ ਤੁਸੀਂ ਇੱਧਰ ਆ ਜਾਓ, ਚੁੰਡੀ ਕੋਚ ਜੀ ਤੁਸੀਂ ਇੱਧਰ ਆ ਜਾਓ, ਸੱਟ ਲੱਗ ਜਾਵੇਗੀ, ਆ ਜਾਓ ਹੁਣ। ਅਗਲੇ ਸਾਲ ਫਿਰ ਤੁਹਾਨੂੰ ਅਸੀਂ ਦੇਵਾਂਗੇ ਮੌਕਾ ਰੈਫਰੀ ਦਾ। ਆ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ। ਵਾਹ ਵਾਹ, ਸਮਾਂ ਕਹਿੰਦੇ ਕੀਮਤੀ ਗੁਜ਼ਰਦਾ ਜਾ ਰਿਹਾ। ਔਰ ਕਬੱਡੀ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਆ ਵੀ ਬਿਲਕੁਲ ਰੈਡੀ ਰਹਿਣ, ਕਬੱਡੀ ਦੀਆਂ ਟੀਮਾਂ ਜਿਹੜੀਆਂ ਬਿਲਕੁਲ ਰੈਡੀ ਰਹਿਣ, ਕਿ ਸਮਾਂ ਕਿੰਨਾ, 5 ਮਿੰਟ। ਲਓ ਜੀ 10 ਮਿੰਟ ਦਾ ਸਮਾਂ ਗੁਜ਼ਰ ਚੁੱਕਾ ਔਰ 10 ਮਿੰਟ ਦਾ ਸਮਾਂ ਹਾਲੇ ਬਾਕੀ ਆ, 10 ਮਿੰਟ ਦਾ ਸਮਾਂ ਹਾਲੇ ਹੋਰ ਬਾਕੀ ਆ। ਦੇਖਦੇ ਹਾਂ ਜੀ ਕਿਸ ਨੂੰ ਜਿੱਤ ਨਸੀਬ ਹੁੰਦੀ ਹੈ, ਤਾਂ ਸਮਾਂ ਹੀ ਦੱਸੇਗਾ ਕਿ ਹਰੀ ਹਰੀ ਰੱਟ ਲਾਉਣ ਨਾਲ ਦਿਲ ਹਰਿਮੰਦਰ ਨਹੀਂ ਬਣਦਾ, ਨੱਚਣ ਗਾਉਣ ਦੇ ਨਾਲ ਕੋਈ ਕੰਜਰ ਨਹੀਂ ਬਣਦਾ। ਚੰਨ ਤੋਂ ਪੁੰਨਿਆਂ ਵਾਲੀ ਰਾਤ ਪਛਾਣੀ ਜਾਂਦੀ ਹੈ, ਅਤੇ ਬੰਦੇ ਦੀਆਂ ਕਰਤੂਤਾਂ ਤੋਂ ਬੰਦੇ ਦੀ ਔਕਾਤ ਪਛਾਣੀ ਜਾਂਦੀ, ਔਕਾਤ ਪਛਾਣੀ ਜਾਂਦੀ। ਅੰਦਰ ਆ ਜਾਓ ਪਹਿਲਵਾਨ ਜੀ, ਅੰਦਰ ਆ ਜਾਓ। ਆਜਾ ਜੀ ਅਜੇ ਨਹੀਂ ਸਮਾਂ, 72 ਘੰਟਾ ਚੱਲੇਗੀ ਕੁਸ਼ਤੀ।
ਵਾਜੀ ਵਾ ਸਮਾਂ ਕਰ ਬਿਲਕੁਲ ਹੋ ਗਿਆ ਤਾਂ ਕੁਸ਼ਤੀ ਪ੍ਰੇਮੀ ਕਰ ਜੇ ਤਾੜੀ ਮਾਰਦੇ ਜੇ ਚੰਗੀ ਕੁਸ਼ਤੀ ਲੱਗੀ ਆ ਤਾੜੀ ਵੱਜੀ ਨਹੀਂ ਜਿੱਡੀ ਵਧੀਆ ਕੁਸ਼ਤੀ ਆ ਇੱਕ ਨੰਬਰ ਦੇ ਮਾਲ ਹਿੰਦੁਸਤਾਨ ਦੇ ਘੁਰ ਰਹੇ ਨੇ ਪਰ ਤਾੜੀ ਨਹੀਂ ਵੱਜੀ ਚਲੋ ਜੀ ਕੈਪਟਨ ਸਾਹਿਬ ਮੈਂ ਤਾੜੀ ਮਰਾ ਲੈਂਦਾ ਮੈਨੂੰ ਜਾ ਕਿੱਦਾਂ ਵੱਜਦੀ ਆ ਕਿ ਬੰਦਾ ਬੰਦੇ ਨੂੰ ਮਿਲੇ ਤੇ ਜ਼ਮੀਨ ਪੁੱਛਦਾ ਬੰਦਾ ਬਈ ਅੰਦਰ ਆ ਜਾਓ ਚਿੱਟੇ ਕੱਪੜੇ ਨਾ ਖਰਾਬ ਕਰ ਦਿਓ ਸਾਡੀ ਪ੍ਰਬੰਧਕ ਕਮੇਟੀ ਦੇ ਕਿ ਬੰਦਾ ਬੰਦੇ ਨੂੰ ਮਿਲੇ ਤੇ ਜ਼ਮੀਨ ਪੁੱਛਦਾ ਬਾਈ ਅੰਦਰ ਆ ਜਾਓ ਦੋਨੋਂ ਸੂਰਜ ਆ ਜਾਓ ਵਿੱਚ ਆ ਜਾਓ ਲਾ ਸਮਾਂ ਗੁਜ਼ਰਦਾ ਜਾ ਰਿਹਾ ਪਹਿਲਵਾਨ ਨੂੰ ਕੋਈ ਉਸਤਾਦਾਂ ਦੇ ਦੱਸੇ ਹੋਏ ਦਾ ਮਾਰ ਕੇ ਦਿਖਾਓ ਕੈਪਟਨ ਸਾਹਿਬ ਜਰਾ ਗੌਰ ਕਰਿਓ ਜੀ ਕਿ ਬੰਦਾ ਬੰਦੇ ਨੂੰ ਮਿਲੇ ਤੇ ਜ਼ਮੀਨ ਪੁੱਛਦਾ ਫਿਰ ਪੁੱਛਦਾ ਤੇਰਾ ਕਾਰੋਬਾਰ ਕਿੰਨਾ ਕਿੰਨਾ ਨਗਦ ਨਾਵਾ ਤੇ ਕਿੰਨਾ ਬੈਂਕ ਬੈਲੈਂਸ ਤੇ ਤੇਰਾ ਸੁੱਖ ਨਾਲ ਚੱਲਦਾ ਉਧਾਰ ਕਿੰਨਾ ਕਿੰਨੇ ਧੀਆਂ ਪੁੱਤ ਉਹ ਕਿੰਨੇ ਵਿਆਹ ਛੱਡੇ ਤੇਰਾ ਸੁੱਖ ਨਾਲ ਦੱਸ ਪਰਿਵਾਰ ਕਿੰਨਾ ਤੇ ਤੁਸੀਂ ਇਹਨਾਂ ਨੂੰ ਸਾਰਿਆਂ ਨੇ ਤਾੜੀ ਮਾਰ ਕੇ ਦੱਸਣੀ ਹੈ ਕਿ ਤੁਹਾਡਾ ਕੁਸ਼ਤੀ ਦੇ ਨਾਲ ਪਿਆਰ ਕਿੰਨਾ ਹਾਂ ਹੁਣ ਬਣੀ ਜੇ ਗੱਲ ਲੈ ਸਾਹਮਣੇ ਕੁਸ਼ਤੀ ਚੱਲ ਰਹੀ ਹੈ ਸੂਰਜ ਤੇ ਸੁੱਖ ਬੱਬੇ ਹਾਲੀ ਦੇ ਦਰਮਿਆਨ ਤੇ ਇੱਕ ਜ਼ੋਰ ਦਾ ਤਾੜੀ ਮਾਰਦੇ ਕੁਸ਼ਤੀ ਪ੍ਰੇਮੀ 51,000 ਰੁਪਏ ਦੀ ਕੁਸ਼ਤੀ ਹੋ ਰਹੀ ਆ 51,000 ਰੁਪਏ ਦੀ ਕੁਸ਼ਤੀ ਹੋ ਰਹੀ ਹੈ 51,000 ਰੁਪਏ ਦੀ ਵਾਹ ਆਈ ਸ਼ਾਬਾਸ਼ ਲਾ ਉੱਧਰ ਹੋ ਗਿਆ ਫੈਸਲਾ ਬਹੁਤ ਵਧੀਆ ਰੇਡ ਦਾ ਮਾਰਿਆ ਜੀ ਸੁੱਖ ਪਹਿਲਵਾਨ ਨੇ ਅੱਜ ਦੇ ਦੰਗਲ ਦਾ ਜੇਤੂ ਹੋਇਆ ਜੀ ਸੁੱਖ ਪਹਿਲਵਾਨ ਐ ਕੁਸ਼ਤੀ ਰੇਡ ਮਾਰ ਕੇ ਸਾਫ਼ ਕਰ ਦਿੱਤੀ ਆ ਅਰ ਹਾਂਜੀ ਹੋ ਗਈ ਆ ਜੀ ਪੁਰਾਣੀ ਦੇਤੀ ਕੁਸ਼ਤੀ ਦੇਖ ਲਓ ਜੀ ਨਹੀਂ ਤਾਂ ਕਰਾ ਦਿਓ ਫੈਸਲਾ ਇਹ ਰੈਫਰੀ ਨੇ ਜੋ ਦਿੱਤਾ ਉਹ ਮੰਨਣਾ ਹਾਂਜੀ ਲੈ ਕੇ ਜ਼ੋਰ ਦਾ ਤਾੜੀ ਮਾਰ ਦਿਓ ਜੀ ਅੱਜ ਦੇ ਦੰਗਲ ਦਾ ਜੇਤੂ ਸੁੱਖ ਪਹਿਲਵਾਨ ਬੱਬੇ ਹਾਲੀ ਹੋਇਆ ਲੈ ਕਬੱਡੀ ਦੀਆਂ ਦੋਨੋਂ ਟੀਮਾਂ ਨੂੰ ਬੇਨਤੀ ਆ ਵੀ ਉਹ ਵੀ ਆ ਜਾਣ ਕਬੱਡੀ ਦੀਆਂ ਜਿਹੜੀਆਂ ਦੋਨੋਂ ਟੀਮਾਂ ਉਹ ਵੀ ਅਖਾੜੇ ਵਿੱਚ ਪਹੁੰਚ ਜਾਣ ਕਲੀ ਵਾਲੀਆਂ ਟੀਮਾਂ ਨੂੰ ਬੇਨਤੀ ਆ ਵੀ ਕਬੱਡੀ ਦੀਆਂ ਜਿਹੜੀਆਂ ਟੀਮਾਂ ਨੇ ਦੋਨੋਂ ਪਹੁੰਚ ਗਈਆਂ ਨੇ ਕਲੀ ਪਾ ਦਿਓ ਖਾੜੇ ਵਿੱਚ ਉਹ ਲੱਗੀ ਤੋਂ ਉੱਤਾ ਕਿਹੜਾ ਵਾਲਾ ਅਸੀਂ